हां दोस्तो, जी दोस्तों वेलकम टू हमारे पंजाब जॉब सर्च YouTube चैनल में आज वाली वीडियो में दिल्ली पुलिस कांस्टेबल भर्ती 2023 में मुंडे कुल दोनों ਲਈ ਜਿਵੇਂ ਤੁਹਾਡੀ ਤਨਖਾਹ 35 ਤੋਂ 65000 ਹੋਵੇਗੀ ਟੋਟਲ ਪੋਸਟ ਰਹਿਦੀਆਂ 1800 ਰੱਖੀਆਂ ਗਈਆਂ ਨੇ ਜਿਸ ਵਿੱਚ ਇੱਕ ਨਵਾਂ ਅਪਡੇਟ ਜਾਰੀ ਹੋ ਚੁੱਕਿਆ ਅਗਰ ਤੁਸੀਂ ਵੀ ਇਸ ਅਪਡੇਟ ਬਾਰੇ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਵੀਡੀਓ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਰੂਰ ਦੇਖਿਓ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜੀ ਰਿਕਵੈਸਟ ਆ ਜਲਦੀ ਜਲਦੀ ਵੀਡੀਓ ਨੂੰ ਲਾਈਕ ਸ਼ੇਅਰ ਕਰਨ ਤੋਂ ਬਾਅਦ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਕਿਉਂਕਿ ਅਸੀਂ ਹਰ ਰੋਜ਼ ਤੁਹਾਡੇ ਲਈ ਮင်းਨੇ ਮੇ ਸਰਕਾਰੀ ਨੌਕਰੀਆਂ ਸਰਕਾਰੀ ਸਹੂਲਤਾਂ ਦੀ ਜਾਣਕਾਰੀ ਲੈ ਕੇ ਆਉਂਦੇ ਰਹਿੰਦੇ ਆ ਤਾਂ ਵੀ ਸਾਡੇ WhatsApp Telegram ਗਰੁੱਪ ਨੂੰ ਵੀ ਜੁਆਇਨ ਕਰ ਸਕਦੇ ਹੋ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਵੇਗਾ ਚਲੋ ਹੁਣ ਤੁਹਾਨੂੰ ਲੈ ਕੇ ਚੱਲਦੇ ਆਂ ਅਸੀਂ ਅੱਜ ਦੀ ਮੇਨ ਅਪਡੇਟ ਦੇ ਉੱਪਰ ਆਪਾਂ ਅਪਡੇਟ ਦੇ ਉੱਪਰ ਆ ਚੁੱਕੇ ਹਾਂ ਤੁਸੀਂ ਦੇਖ ਸਕਦੇ ਹੋ ਸਟਾਫ ਸਿਲੈਕਸ਼ਨ ਕਮਿਸ਼ਨ ਦੇ ਵੱਲੋਂ ਜਿਹੜਾ ਹੈ ਦਿੱਲੀ ਪੁਲਿਸ ਦੇ ਵਿੱਚ ਸਬ ਇੰਸਪੈਕਟਰ ਦੀਆਂ ਪੋਸਟਾਂ ਵਾਸਤੇ ਜਿਹੜੇ ਉਮੀਦਵਾਰਾਂ ਨੇ ਫਾਰਮ ਅਪਲਾਈ ਕੀਤੇ ਤੁਸੀਂ ਪੋਸਟਾਂ ਦੇ ਨਾਮ ਵੀ ਦੇਖ ਸਕਦੇ ਹੋ ਸਬ ਇੰਸਪੈਕਟਰ ਦਿੱਲੀ ਦੀਆਂ 109 ਪੋਸਟਾਂ ਸੀ ਮੇਲ ਦੀਆਂ ਸਬ ਇੰਸਪੈਕਟਰ ਫੀਮੇਲ ਦੀਆਂ 53 ਪੋਸਟਾਂ ਸੀ ਸਬ ਇੰਸਪੈਕਟਰ ਜੀਡੀ ਜਿਹੜਾ ਸੈਂਟਰਲ ਆਰਮਡ ਪੁਲਿਸ ਫੋਰਸ ਦੀਆਂ ਜਿਹੜੀਆਂ 1714 ਪੋਸਟਾਂ ਸੀ ਜਿਹੜੇ ਉਮੀਦਵਾਰਾਂ ਨੇ ਇਹਨਾਂ ਪੋਸਟਾਂ ਦੇ ਫਾਰਮ ਅਪਲਾਈ ਕੀਤੇ ਸੀ ਉਹਨਾਂ ਦੇ ਐਗਜ਼ਾਮ ਦੇ ਵਾਸਤੇ ਜਿਹੜਾ ਜੋ ਬਿਲਕੁਲ ਇਹ ਮਨ ਕਾਰਡ ਆਊਟ ਕਰ ਦਿੱਤੇ ਗਏ ਨੇ ਤੁਸੀਂ ਇਹਨਾਂ ਦੀ ਸਾਈਡ ਦੇ ਉੱਪਰ ਜਾ ਕੇ ਆਪੋ ਆਪਣੇ ਐਡਮਿਨ ਕਾਰਡ ਡਾਊਨਲੋਡ ਕਰ ਸਕਦੇ ਹੋ ਜਾਂ ਤੁਹਾਨੂੰ ਇਹਦਾ ਐਡਮਿਨ ਕਾਰਡ ਡਾਊਨਲੋਡ ਕਰਨ ਦਾ ਲਿੰਕ ਤੁਹਾਨੂੰ ਮੇਰੇ WhatsApp ਚੈਨਲ ਦੇ ਵਿੱਚ ਮਿਲ ਜਾਵੇਗਾ WhatsApp ਚੈਨਲ ਦੇ ਵਿੱਚ ਜਾ ਕੇ ਤੁਸੀਂ ਖੁਦ ਘਰ ਬੈਠੇ ਆਪੋ ਆਪਣੇ ਐਡਮਿਨ ਕਾਰਡ ਡਾਊਨਲੋਡ ਕਰਕੇ ਇਸ ਪੇਪਰ ਦੀ ਤਿਆਰੀ ਕਰ ਸਕਦੇ ਹੋ ਉਸ ਪੇਪਰ ਨੂੰ ਦੇਖ ਸਕਦੇ ਹੋ ਅਗਰ ਇਸ ਭਾਰਤੀ ਸਭਾ ਨੂੰ ਤੁਹਾਡੇ ਮਨ ਦੇ ਵਿੱਚ ਹੋਰ ਵੀ ਕੋਈ ਸ਼ੱਕ ਸਵਾਲ ਹੈ ਤਾਂ ਮੈਨੂੰ ਕਮੈਂਟ ਬਾਕਸ ਵਿੱਚ ਆਪਣੇ ਸ਼ੱਕ ਸਵਾਲਾਂ ਦਾ ਜਵਾਬ ਲੈ ਸਕਦੇ ਹੋ ਇਹੋ ਜਿਹੀ ਨਵੀਆਂ ਸਰਕਾਰੀ ਤੇ ਪ੍ਰਾਈਵੇਟ ਨੌਕਰੀਆਂ ਦੀ ਜਾਣਕਾਰੀ ਸਭ ਤੋਂ ਪਹਿਲਾਂ ਤੇ ਫਰੀ ਵਿੱਚ ਲੈਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵੀਡੀਓ ਦੇਖਣ ਲਈ ਵੀਡੀਓ ਸ਼ੇਅਰ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਬਾਏ ਬਾਏ ਜੈ ਹਿੰਦ